मेरा करियर ऑफकोर्स सखिया ने मुझे एक नई पहचान दी सखिया गर्ल की. मुझे कितने लोग सिर्फ सखिया गर्ल के नाम मेहनत की, बहुत सालों की मेहनत है कि मैं आज यहाँ पे आई हूँ आपके सामने और आप मेरा इंटरव्यू ले रहे हैं. सो बहुत लंबी जर्नी रही है, बहुत स्ट्रगल करा है मैंने. बस सब आदमी मैंने कम से कम 10 गाने जो रिलीज में, अमृत मान का गाना है, दी चालू, करण औजला, नील गोलू, देन देसी क्रू, देर सो मेनी सॉन्ग्स, यू नो इवन आई डोंट रिमेंबर द लिस्ट. ਸਤਿ ਸ਼੍ਰੀ ਅਕਾਲ ਜੀ, ਤੁਸੀਂ ਫੇਮਸ ਪੰਜਾਬ ਟੀਵੀ ਦੇਖ ਰਹੇ ਹੋ ਅਤੇ ਮੈਂ ਹਾਂ ਸੋਹਿਲ ਖਾਨ. ਦੋਸਤੋ, ਮੇਰੀ ਸਮਾਈਲ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਅੱਜ ਮੇਰੇ ਨਾਲ ਬਹੁਤ ਸੋਹਣੀ ਜੀ ਕੁੜੀ ਮੌਜੂਦ ਹੈ ਅਤੇ ਉਹ ਕੁੜੀ ਕੌਣ ਹੈ ਮੈਂ ਚਲੋ ਹਿੰਟ ਦੇ ਦਿੰਦਾ ਤੁਹਾਨੂੰ. ਅਤੇ ਨਾ 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 ਨਾ. ਜੀ ਹਾਂ ਦੋਸਤੋ, ਸਖੀਆ ਗਰਲ ਮੇਰੇ ਨਾਲ ਅੱਜ ਹੈਗੀ ਹੈ ਅਤੇ ਆਓ ਫਿਰ ਗੱਲਾਂ ਬਾਤਾਂ ਕਰਦੇ ਹਾਂ. ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਹੇਅਰ. ਅਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਮੁਸਾਫਿਰ ਮੂਵੀ ਕੰਪਲੀਟ ਕਰ ਚੁੱਕੇ ਹੋ ਅਤੇ ਦੂਜੀ ਮੂਵੀ ਅੱਜ ਅਨਾਊਂਸ ਕਰਤੀ ਹੈ ਜੀ. ਅਤੇ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਫਿਲਮ ਇੰਡਸਟਰੀ ਤੱਕ ਕਿੱਦਾਂ ਦਾ ਰਿਹਾ ਸਫ਼ਰ? ਬਹੁਤ ਹੀ ਅੱਛਾ ਰਿਹਾ ਹੈ, ਬਟ ਯੈਸ, ਚੈਲੇਂਜਿੰਗ ਰੋਲਸ ਥੇ, ਚੈਲੇਂਜਿੰਗ ਥਾ, ਇਟ ਵਾਜ਼ ਨੋਟ ਈਜ਼ੀ ਐਟ ਆਲ, ਇਟ ਵਾਜ਼ ਨੋਟ ਅ ਓਵਰ ਨਾਈਟ ਸਕਸੈਸ. ਮੁਝੇ ਕੋਈ ਵੀ ਚੀਜ਼, ਯੂ ਨੋ, ਇਸਕੋ ਆਈ ਐਮ ਅ ਸਕੋਰਪੀਅਨ ਆਲਸੋ, ਤੋ ਸਕੋਰਪੀਅਨਸ ਕੋ ਬਹੁਤ ਮਿਹਨਤ ਕਰਨੀ ਪੜਤੀ ਲਾਈਫ ਮੇਂ, ਕੁਛ ਵੀ ਐਸੇ ਹਾਥੋ ਹਾਥ ਨਹੀਂ ਮਿਲਤਾ ਹੈ. ਤੋ ਬਹੁਤ ਮਿਹਨਤ ਕੀ, ਬਹੁਤ ਸਾਲੋਂ ਕੀ ਮਿਹਨਤ ਹੈ ਕਿ ਮੈਂ ਅੱਜ ਯਹਾਂ ਪੇ ਆਈ ਹੂੰ ਆਪਕੇ ਸਾਹਮਨੇ ਔਰ ਆਪ ਮੇਰਾ ਇੰਟਰਵਿਊ ਲੈ ਰਹੇ. ਸੋ ਬਹੁਤ ਲੰਬੀ ਜਰਨੀ ਰਹੀ ਹੈ, ਬਹੁਤ ਸਟਰਗਲ ਕਰਾ ਹੈ ਮੈਨੇ. ਬਸ ਬਾਕੀ ਫੈਨਸ ਕਾ ਪਿਆਰ ਥਾ ਕਿ ਮੈਂ ਅੱਜ ਯਹਾਂ ਪੇ ਆ ਪਈ. ਸਭ ਸੇ ਪਹਿਲੇ ਹਮ ਬਾਤ ਕਰੇਂਗੇ ਸਖੀਆਂ ਗਾਣੇ ਕੀ, ਜਿਸਸੇ ਪੰਜਾਬੀ ਔਡੀਅੰਸ ਨੇ ਆਪਕੋ ਮਿਲਾਇਆ. ਤੋ ਸਖੀਆਂ ਕੇ ਲਈ ਆਪ ਅਗਰ ਦੋ ਵਰਡ ਕਹਿਣਾ ਚਾਹੇ ਤੋ ਕਿਆ ਕਹੋਗੇ? ਸਖੀਆਂ ਨੇ ਸਿਰਫ ਮੇਰਾ ਕਰੀਅਰ, ਆਫਕੋਰਸ ਸਖੀਆਂ ਨੇ ਮੁਝੇ ਇੱਕ ਨਈ ਪਹਿਚਾਨ ਦੀ ਸਖੀਆਂ ਗਰਲ ਕੀ. ਮੁਝੇ ਕਿਤਨੇ ਲੋਕ ਸਿਰਫ ਸਖੀਆਂ ਗਰਲ ਕੇ ਨਾਮ ਸੇ, ਲੋਕ ਫੋਟੋ ਕਲਿੱਕ ਕਰਾਨੇ ਆਤੇ ਹੈ ਤੋ ਬੋਲਤੇ ਓ ਯੂ ਆਰ ਅ ਸਖੀਆ ਗਰਲ, ਯੂ ਨੋ. ਈਵਨ ਇਨ ਲੰਡਨ ਆਈ ਮੈਰੀ, ਈਵਨ ਆਈ ਵੈਂਟ ਟੂ US ਰੀਸੈਂਟਲੀ, ਤੋ US ਮੇ ਵੈਨ ਆਈ ਵੈਂਟ ਟੂ ਨੀਅਰ LA, ਤੋ LA ਵਹਾਂ ਪੇ ਲੋਕ, ਯੂ ਨੋ, ਗਾਣੇ ਦੇਖਤੇ ਬਟ ਦੇ ਡੋਂਟ ਨੋ ਦਾ ਨੇਮ ਪ੍ਰੋਪਰਲੀ. ਓਕੇ, ਓ ਯੂ ਨੋ ਵਾਟ, ਆਈ ਸੋ ਯੂ ਇਨ ਸਖੀਆਂ ਸੌਂਗ, ਯੂ ਆਰ ਸਖੀਆ ਗਰਲ, ਰਾਈਟ? ਯੂ ਨੋ, ਆਈ ਲਵ ਦੈਟ ਥਿੰਗ. ਐਂਡ ਸਖੀਆ ਨੇ ਸਿਰਫ ਮੁਝੇ ਪਹਿਚਾਨ ਨਹੀਂ ਦੀ ਹੈ, ਮਨਿੰਦਰ ਕੋ ਵੀ ਇੱਕ ਨਹੀਂ ਪਹਿਚਾਨ ਦੀ ਹੈ, ਔਰ ਸਭ ਕੋ ਜਿਤਨੀ ਵੀ ਟੀਮ ਮੈਂਬਰ ਦੇ ਸਖੀਆਂ ਮੈਂ ਸਭ ਕੋ ਨਹੀਂ ਪਹਿਚਾਨ ਮਿਲੀ ਹੈ, ਔਰ ਹਮ ਲੋਕ ਬਹੁਤ ਜਲਦੀ ਸਖੀਆਂ 2 ਵੀ ਲਾਣੇ ਕੀ ਕੋਸ਼ਿਸ਼ ਕਰੇਂਗੇ ਆਪਣੇ ਫੈਨਸ ਕੇ ਲੀਏ, ਔਰ ਸਖੀਆਂ ਗਾਣਾ ਬਾਲੀਵੁੱਡ ਮੇਂ ਆਨੇ ਵਾਲਾ ਹੈ. ਸੋ ਯੈਸ, ਠੀਕ ਹੈ, ਹਾਂਜੀ. ਅਤੇ ਗਾਂਧੀ ਹੋਣੀ ਫੇਰ ਆ ਰਹੇ ਨੇ ਅਤੇ ਨੇਹਾ ਮਲਿਕ ਉਹਨਾਂ ਦੇ ਨਾਲ ਆ ਰਹੇ ਨੇ, ਕੀ ਕਹਿਣਾ ਚਾਹੋਗੇ? ਆਪਕੋ ਇਸ ਮੂਵੀ ਮੇਂ ਦੇਖਨੇ ਕੋ ਮਿਲੇਗਾ ਕਿ ਪਹਿਲੀ ਵਾਰ ਮੂਵੀ ਜਿਸਮੇ ਇੱਕ ਬਹਿਨ ਮੇਨ ਲੀਡ ਕਾ ਰੋਲ ਪਲੇ ਕਰ ਰਹੀ ਹੈ, ਜਿਸਮੇ ਹੀਰੋਇਨ ਇੱਕ ਬਹਿਨ ਇੱਕ ਹੀਰੋਇਨ ਹੈ ਇਸ ਮੂਵੀ ਮੇਂ, ਔਰ ਇੱਕ ਭਾਈ ਉਸਕਾ ਹੀਰੋ ਹੈ. ਤੋ ਇੱਕ ਭਾਈ ਬਹਿਨ ਕੀ ਮੂਵੀ ਹੈ, ਔਰ ਬਹੁਤ ਹੀ ਸਟਰੋਂਗ ਕੈਰੈਕਟਰ ਹੈ ਮੇਰਾ, ਜਿਸਮੇ ਆਪ ਨੇਹਾ ਮਲਿਕ ਕੋ ਬਿਲਕੁਲ ਜੋ ਵੋ ਨਹੀਂ ਹੈ ਉਸਕੇ ਇੱਕ ਅਲੱਗ ਕੈਰੈਕਟਰ ਮੇਂ ਦੇਖਣਾ ਦੇਖੋਗੇ ਇਸ ਮੂਵੀ ਮੇਂ, ਔਰ ਮੂਵੀ ਇਜ਼ ਡਿਫਰੈਂਟ, ਇਸ ਅ ਇਮੋਸ਼ਨਲ ਐਕਸ਼ਨ ਮੂਵੀ, ਸੋ ਆਈ ਹੋਪ ਯੂ ਗੋਨਾ ਲਵ ਇਟ. ਅਤੇ ਆਰਿਆ ਬੱਬਰ ਵੀ ਇਸ ਮੂਵੀ ਦੇ ਵਿੱਚ ਨੇ, ਅਤੇ ਤੁਸੀਂ ਉਹਨਾਂ ਦੀ ਕਿੰਨੀ ਫਿਲਮਾਂ ਦੇਖੀਆਂ ਅਤੇ ਹੁਣ ਤੁਸੀਂ ਉਹਨਾਂ ਨਾਲ ਆ ਰਹੇ ਹੋ ਅਤੇ ਕੀ ਐਕਸਾਈਟਮੈਂਟ ਹੈ? ਆਰਿਆ ਬੱਬਰ ਕੀ ਮੈਨੇ ਬਹੁਤ, ਮੈਂ ਜ਼ਿਆਦਾ ਨਹੀਂ ਕਹੂੰਗੀ, ਬਟ ਮੈਂ ਪਹਿਲੇ ਪੰਜਾਬੀ ਮੂਵੀ ਬਹੁਤ ਕਮ ਦੇਖਤੀ ਸੀ, ਬਟ ਯੈਸ, ਬਟ ਆਰਿਆ ਬੱਬਰ ਹੀ ਇਜ਼ ਬੀ ਲਾਈਕ, ਇਹ ਵੋ ਹੈ ਜੋ ਜਿਹਨੇ ਮੈਂ 5 ਸਾਲੋਂ ਸੇ ਜਾਣਤੀ ਹੂੰ ਮੁੰਬਈ ਮੇਂ. ਹੀ ਇਜ਼ ਅ ਵੈਰੀ ਨਾਈਸ ਗਾਇ, ਵੈਰੀ ਹੰਬਲ, ਵੈਰੀ ਡਾਊਨ ਟੂ ਅਰਥ, ਔਰ ਬਹੁਤ ਹੀ ਸਪੋਰਟਿਵ, ਔਰ ਯੂ ਨੋ, ਆਪਕੋ ਇੱਕ ਅਲੱਗ ਇੱਕ ਅੱਛੀ ਗਾਈਡੈਂਸ ਦੇਣੇ ਵਾਲੇ ਵੋ ਇਨਸਾਨੋਂ ਮੇਂ ਸੇ ਹੈ. ਤੋ ਉਹਨਾਂ ਨੇ ਮੁਝੇ ਬਹੁਤ 5 ਸਾਲੋਂ ਪਹਿਲੇ ਵੀ ਕਹਾ ਤਾ ਕਿ ਮੁਝੇ ਪੰਜਾਬੀ ਮੂਵੀਜ਼ ਕਰਨੀ ਚਾਹੀਏ, ਉਹਨਾਂ ਨੇ ਮੁਝੇ ਮਿਲਵਾਇਆ ਵੀ ਥਾ. ਤੋ ਬਟ ਕਹਤੇ ਨਾ, ਡੈਸਟਨੀ, ਕਿਸਮਤ ਆਪਕੋ ਜਬ ਜਹਾਂ ਲੈ ਕੇ ਆਤੀ ਹੈ ਵੋ ਵਹੀ ਹੈ, ਬਟ ਹੀ ਇਜ਼ ਅ ਵੈਰੀ ਨਾਈਸ ਗਾਇ, ਔਰ ਮੈਂ ਬਹੁਤ ਹੀ ਖੁਸ਼ ਹੂੰ ਕਿ ਮੈਂ ਉਹਨਾਂ ਕੇ ਸਾਥ ਹੀ ਮੂਵੀ ਕਰ ਰਹੀ ਹੂੰ ਔਰ ਵੋ ਇਹ ਰੋਲ ਪਲੇ ਕਰ ਰਹੇ ਹੈ. ਹਾਂਜੀ, ਅਤੇ ਪੰਜਾਬੀ ਔਡੀਅੰਸ ਤੁਹਾਨੂੰ ਐਕਸੈਪਟ ਕਰ ਲਿਆ ਹੈ ਅਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਸ ਇਤਨਾ ਪਿਆਰ ਦਿਆ ਹੈ ਉਸਕੇ ਲਈ, ਬਹੁਤ 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 ਸਾਰਾ ਥੈਂਕ ਯੂ ਹੈ ਸਭਕੋ. ਮੇਰੇ ਫੈਨਸ ਮੁਝੇ ਬਸ ਇਤਨਾ ਹੀ ਪਿਆਰ ਦੇਤੇ ਰਹੀਏ, ਮੈਂ ਆਪਕੋ ਵੀ, ਮੈਂ ਕੋਸ਼ਿਸ਼ ਕਰੂੰਗੀ ਕਿ ਮੇਰੀ ਤਰਫ ਸੇ ਮੈਂ ਵੀ ਆਪਕੋ ਹਮੇਸ਼ਾ ਖੁਸ਼ ਰੱਖੂੰ, ਔਰ ਬਸ ਆਪਕੇ ਸਪੋਰਟ ਕੀ ਜ਼ਰੂਰਤ ਹੈ ਮੁਝੇ ਮੇਰੇ ਕਰੀਅਰ ਬਣਾਨੇ ਕੀ. ਆਪ ਲੋਗ ਹੀ ਹੋ ਜੋ ਮੁਝੇ ਨੇਹਾ ਮਲਿਕ ਸੇ ਕੁਛ ਔਰ ਵੀ ਕਰੈਕਟਰ ਕਾ ਔਰ ਕੁਛ ਅਲੱਗ ਨਾਮ ਦੇ ਸਕਦੇ ਹੋ. ਅਤੇ ਇਹਨਾਂ ਪ੍ਰੋਡਕਟਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਮੂਵੀਜ਼ ਤੇ ਗਾਣੇ? ਗਾਣੇ ਤਾਂ ਬਹੁਤ ਆ ਰਹੇ ਹੈ, ਗਾਣੇ ਮੈਨੇ ਕਮ ਸੇ ਕਮ 10 ਗਾਣੇ ਜੋ ਰਿਲੀਜ਼ ਪਏ, ਅੰਮ੍ਰਿਤ ਮਾਨ ਕਾ ਗਾਣਾ ਹੈ, ਦੀਪ ਜਾਂਡੂ, ਕਰਨ ਔਜਲਾ, ਲੀਲ ਗੋਲੂ, ਦੈਨ ਦੇਸੀ ਕਰੂ, ਦੇ ਆਰ ਸੋ ਮੈਨੀ ਸੌਂਗਸ, ਯੂ ਨੋ, ਈਵਨ ਆਈ ਡੋਂਟ ਰਿਮੈਂਬਰ ਦ ਲਿਸਟ ਇਜ਼ ਲੌਂਗ. ਸੌਂਗਸ ਬਹੁਤ ਸਾਰੇ ਆ ਰਹੇ ਹੈ, ਫਿਰ ਮੁਸਾਫਿਰ ਮੂਵੀ ਆ ਰਹੀ ਹੈ, ਦੈਨ ਦ ਬਾਲੀਵੁੱਡ ਪ੍ਰੋਜੈਕਟ ਇਜ਼ ਕਮਿੰਗ, ਦੈਨ ਦੇ ਆਰ ਸੋ ਮੈਨੀ ਥਿੰਗਸ ਆਰ ਕਮਿੰਗ, ਦੇ ਆਰ ਸੋ ਮੈਨੀ ਸਰਪ੍ਰਾਈਜ਼ ਫੋਰ ਆਲ ਮਾਈ ਲਵਲੀ ਫੈਨਸ. ਯੂ ਜਸਟ ਨੀਡ ਟੂ ਸਟੇ ਟਿਊਨ ਔਨ ਮਾਈ ਸਨੈਪਚੈਟ ਐਂਡ ਇੰਸਟਾਗ੍ਰਾਮ, ਆਈ ਐਮ ਗੋਇੰ ਅਪਡੇਟ ਯੂ ਐਵਰੀਥਿੰਗ. ਆਡੀਅੰਸ ਨੂੰ ਕੀ ਕਹਿਣਾ ਚਾਹੁੰਦੇ ਹੋ? ਆਡੀਅੰਸ ਕੋ ਕਿਸ ਬਾਰੇ ਮੈਂ? ਹਾਂਜੀ, ਤੁਹਾਡੇ ਬਾਰੇ, ਜਿਹੜੇ ਤੁਹਾਡੇ ਫੈਨਸ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਯਹੀ ਕਿ ਥੈਂਕ ਯੂ ਸੋ ਮਚ ਫੋਰ ਯੋਰ ਲਵ ਐਂਡ ਸਪੋਰਟ, ਕੀਪ ਲਵਿੰਗ ਮੀ, ਕੀਪ ਸਪੋਰਟਿੰਗ ਮੀ. ਥੈਂਕ ਯੂ ਸੋ ਮਚ. ਹੈਲੋ ਐਵਰੀਵਨ, ਮਾਈ ਨੇਮ ਇਜ਼ ਸਿਮਰਨ, ਆਈ ਐਮ ਫਰਮ ਕੇਟਰਸਨ ਫੈਮਿਲੀ. ਐਡਮਿਸ਼ਨਸ ਆਰ ਓਪਨ
you can take admission in beauty zones, academies, in creative zones.